ਲੰਡਨ ਪਹੁੰਚ ਚੁੱਕੇ ਆ ਜੀ ਇਮੀਗ੍ਰੇਸ਼ਨ ਫੇਰ ਗਏ ਕਿਉਂਕਿ ਮੇਨ ਚੱਕਰ ਹੈਗਾ ਇਮੀਗ੍ਰੇਸ਼ਨ ਦਾ ਇੰਗਲੈਂਡ ਆ ਕੇ ਵੀ ਇਹੀ ਹਾਲ ਆ ਕਿੱਦਾਂ ਫਿਰ ਦੇ ਗਏ ਤੇ ਫੇਰ ਕਹਦਾ ਯਾਰੀ ਆ ਕਿੱਦਾਂ ਓਏ ਓਏ ਉਹ ਬੀਬੇ ਖਿਲਾ ਰਿਹਾ ਫੈਨ ਹੈ ਬੇਵਕੂਫਾ ਥੈਂਕ ਯੂ ਥੈਂਕ ਯੂ ਆ ਵੀ ਪਾ ਕੇ ਖੜਾ ਪੈਣਾ बड़े औखे सैट किए बाई होना ने यार ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਠੀਕ ਆ ਸਾਰੇ ਟਾਈਮ ਸਵੇਰ ਦੇ 5:30 ਹੋਏ ਆ ਰਾਤੀ ਯਾਰ 1 ਵਜੇ ਸੁੱਤੇ ਸੀ 4:30 ਵਜੇ ਉੱਠੇ ਤੇ ਅੱਜ ਹੈਗੀ ਜੀ ਇੰਗਲੈਂਡ ਦੀ ਫਲਾਈਟ 7:30 ਵਜੇ ਤੇ ਇੰਨੀ ਕੀ ਯਾਰ ਨੀਂਦ ਆਉਣੀ ਯਾਰ ਕੀ ਦੱਸਾਂ ਤੇ ਬਾਹਰ ਠਾਇਆ ਮੈਂ ਉੱਠਿਆ ਠੀਕ ਹੈ ਮੈਨੂੰ ਪਤਾ ਸੀ ਮੈਂ ਠਾਇਆ ਕਹਿੰਦਾ ਵੀਰੇ ਪਾਣੀ ਪੀ ਕੇ ਫਿਰ ਸੌ ਗਿਆ ਮੈਂ ਕਿਹਾ ਭਰਾ ਉੱਠ ਗਿਆ ਫਲਾਈਟ ਨਹੀਂ ਨਹੀਂ ਰੁਕਣਾ 1 ਵਜੇ ਸੁੱਤੇ ਯਾਰ 4:30 ਵਜੇ ਉੱਠ ਗਿਆ ਹੁਣ ਫਲਾਈਟ ਦੇ ਵਿੱਚ ਨੀਂਦ ਪੂਰੀ ਕਰਾਂਗੇ ਫਲਾਈਟ ਹੈਗੀ ਇੱਥੋਂ 7:30 ਵਜੇ ਫਿਰ ਲੇਓ ਹੈਗਾ ਦਿੱਲੀ 3 ਘੰਟੇ ਦਾ ਫਿਰ ਦਿੱਲੀਓਂ 12:30 ਵਜੇ ਫਲਾਈਟ ਤੁਰਨੀ ਹੈ ਅਤੇ ਇੰਗਲੈਂਡ ਹੀਥਰੋ ਲੰਡਨ ਪਹੁੰਚਣੀ ਆ 5:55 'ਤੇ ਹੁਣ ਚੱਲਦੇ ਹਾਂ ਚੈੱਕ ਇਨ ਕਰਾਉਂਦੇ ਹਾਂ ਅਤੇ ਇਮੀਗ੍ਰੇਸ਼ਨ ਕਰਾਉਂਦੇ ਹਾਂ ਬੜੀ ਦੇਰ ਹੋਈ ਯਾਰ ਏਅਰਪੋਰਟ ਆਇਆ ਅਤੇ ਬੈਗ 2 ਲਿਆਂਦੇ ਯਾਰ ਇੱਕ ਆਹ ਬੈਗ ਆ ਸੇਮ ਹੀ ਇੱਕ ਪਿੱਛੇ ਬੈਗ ਆ ਅਤੇ ਬੈਗਾਂ ਦਾ ਵੇਟ ਵੀ ਸ਼ਾਇਦ ਓਵਰ ਹੋ ਜਾਣਾ ਕਿਉਂਕਿ ਯਾਰ ਸਮਾਨ ਹੀ ਬਹੁਤ ਜ਼ਿਆਦਾ ਸੀ ਜਿਹੜਾ ਉਹ ਵੈਕਿਊਮ ਕਰਾਇਆ ਸੀ ਨਾ ਉਹਦਾ ਵੇਟ ਕਾਫੀ ਹੋ ਗਿਆ ਹੁਣ ਚੱਲਦੇ ਚੈੱਕ ਇਨ ਵਗੈਰਾ ਕਰਦੇ ਬਾਕੀ ਤੁਸੀਂ ਜੁੜੇ ਰਹੋ ਅੰਮ੍ਰਿਤਸਰ ਤੋਂ ਇੰਗਲੈਂਡ ਦੀ ਜਰਨੀ ਬਲੋਗ ਹਾਲੇ ਨਾ ਯਾਰ ਦਿਮਾਗ ਨਾ ਹਾਲੇ ਡੈਡ ਆ ਕਿਉਂਕਿ ਨੀਂਦ ਬਹੁਤ ਆਈ ਹੋਈ ਆ ਤਾਂ ਕਰਕੇ ਹਜੇ ਗੱਲਾਂ ਨਹੀਂ ਆ ਰਹੀਆਂ ਯਾਰ ਮੈਂ ਪਹਿਲੀ ਵਾਰੀ ਆ 2 ਵੱਡੇ ਬੈਗ ਰੱਖ ਜਾ ਰਿਹਾ ਇੰਟਰਨੈਸ਼ਨਲ ਟ੍ਰਿਪ 'ਤੇ ਆ ਬੜੇ ਔਖੇ ਕੈਰੀ ਕਰਨੇ ਅੱਗੇ ਵਾਲੀ ਟਰੋਲੀ ਲਵਾਂਗੇ ਅਤੇ ਅੰਮ੍ਰਿਤਸਰ ਏਅਰਪੋਰਟ ਦਾ ਮਾਹੌਲ ਚੱਲ ਦੇਖ ਲਓ ਯਾਰ ਸਵੇਰੇ 5:30 ਵਜੇ ਪੂਰਾ ਰਸ਼ ਲਾਈਨਾਂ ਲੱਗੀਆਂ ਹੋਈਆਂ ਨੇ 7:30 ਵਜੇ ਫਲਾਈਟ ਆ ਅਤੇ ਪੂਰੇ ਪੂਰੇ ਟਾਈਮ 'ਤੇ ਪਹੁੰਚੇ ਹਾਂ ਕਿਉਂਕਿ ਬੋਰਡਿੰਗ ਪਾਸ ਲੈਂਦੇ ਵੀ ਬੜਾ ਟਾਈਮ ਲੱਗ ਜਾਣਾ ਉੱਥੇ ਬੜੀ ਲੰਬੀ ਲਾਈਨ ਆ ਇੱਥੇ ਵੀ ਲੱਗਦਾ 15 ਮਿੰਟ ਲੱਗਣਗੇ ਐਕਸਰੇ 'ਤੇ ਵੀ ਯਾਰ ਮੇਰੀ ਟਿਕਟ ਹੈਗੀ ਆ ਦਿੱਲੀ ਤੋਂ ਨਾ ਇੰਗਲੈਂਡ ਦੀ ਵਰਜਨ ਅਟਲਾਂਟਿਕ ਬਟ ਇੱਥੇ ਅੰਮ੍ਰਿਤਸਰ ਦੇ ਵਿੱਚ ਯਾਰ ਵਰਜਨ ਏਅਰਲਾਈਨ ਹੀ ਨਹੀਂ ਹੈਗੀ ਸੋ ਇਹਨਾਂ ਨੇ ਕਨੈਕਟ ਕੀਤੀ ਸੀ ਏਅਰ ਇੰਡੀਆ ਨਾਲ ਪਹਿਲਾਂ ਮੈਨੂੰ ਬਾਹਰ ਕਿਹਾ ਕਿ ਇੰਡੀਗੋ ਨਾ ਵਾ ਮੈਂ ਇੰਡੀਗੋ ਦੀ ਲਾਈਨ 'ਚ ਲੱਗਾ ਰਿਹਾ ਜਦੋਂ ਬੈਗ ਸਾਰੇ ਉਸੇ ਕਰਾਉਣੇ ਸੀ ਫਿਰ ਉਹ ਕਹਿੰਦੇ ਏਅਰ ਇੰਡੀਆ ਲਾਈਨ 'ਚ ਲੱਗੋ ਹੁਣ ਇੱਥੇ ਅੱਗੇ ਪਤਾ ਕੀਤਾ ਵਾ ਐਕਸਪ੍ਰੈਸ ਨਹੀਂ ਇੱਧਰ ਲਾਈਨ 'ਚ ਲੱਗਣਾ ਪੈਣਾ ਵਾ ਵਾਹ ਬੜਾ ਪੰਗਾ ਯਾਰ ਵੇਖ ਇੱਥੇ ਇਹਨਾਂ ਨੂੰ ਫਿਰ ਉਹੀ ਏਅਰਲਾਈਨ ਲਿਖਣੀ ਚਾਹੀਦੀ ਹੈ ਨਾ ਖੱਜਲ ਕਰਾਉਂਦੇ ਆ ਹੁਣ ਬੋਰਡਿੰਗ ਪਾਸ ਲੈ ਲਿਆ ਵਾ ਚੈਕਿੰਗ ਹੋ ਗਈ ਆ ਇਮੀਗ੍ਰੇਸ਼ਨ ਦਿੱਲੀ ਹੋਣੀ ਆ ਕਿਉਂਕਿ ਪਹਿਲਾਂ ਮੇਰੀ ਫਲਾਈਟ ਹੈਗੀ ਅੰਮ੍ਰਿਤਸਰ ਤੋਂ ਦਿੱਲੀ ਫਿਰ ਦਿੱਲੀ ਤੋਂ ਲੰਡਨ ਹੀਥਰੋ ਅਤੇ ਯਾਰ ਇੰਡੀਗੋ ਵਾਲੇ ਸਟਾਫ ਨੂੰ ਮੈਂ ਕੀ ਕਹਾਂ ਯਾਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਸਾਡੀ ਏਅਰਲਾਈਨ ਨਾਲ ਕਿਹੜੀ ਏਅਰਲਾਈਨ ਕਨੈਕਟ ਆ ਦਿੱਲੀ ਤੋਂ ਹੀਥਰੋ ਵਰਜਨ ਅਤੇ ਅੰਮ੍ਰਿਤਸਰੋਂ ਜਾਣੀ ਆ ਇੰਡੀਗੋ ਕਿਉਂਕਿ ਇਹ ਦੋਵੇਂ ਲਿੰਕ ਆ ਇਹਨਾਂ ਨੂੰ ਪਤਾ ਨਹੀਂ ਪਹਿਲਾਂ ਮੈਨੂੰ ਏਅਰ ਇੰਡੀਆ ਲਾਈਨ 'ਚ ਲਾਤਾ ਮੈਂ ਬੈਗ ਐਕਸਰੇ ਕਰਾਉਣਾ ਸੀ ਏਅਰ ਇੰਡੀਆ ਦਾ ਕਰਾਤਾ ਫਿਰ ਜਦੋਂ ਮੈਂ ਇੰਡੀਗੋ 'ਤੇ ਗਿਆ ਅਤੇ ਉਹ ਕਹਿੰਦੇ ਪਹਿਲਾਂ ਦੁਬਾਰਾ ਐਕਸਰੇ ਕਰਾ ਲਿਓ ਇੰਡੀਗੋ ਵਾਲੇ ਕੋਲ ਫਿਰ ਜਦੋਂ ਉੱਤੇ ਉਹਨਾਂ ਦਾ ਸਟੀਕਰ ਜਿਹਾ ਲੱਗਾ ਅਤੇ ਫਿਰ ਉਹ ਕਹਿੰਦੇ ਫਿਰ ਚੈੱਕ ਇਨ ਹੋਣਾ ਵਾ ਅਤੇ ਲਾ ਲਓ ਕਿ 45 ਮਿੰਟ ਮੇਰੇ ਖਰਾਬ ਕੀਤੇ ਆ ਯਾਰ ਪਹਿਲਾਂ ਮੈਂ ਨਾ ਇਮੀਗ੍ਰੇਸ਼ਨ ਲਾਈਨ 'ਚ ਲੱਗ ਗਿਆ ਦਿਮਾਗ ਡੈਡ ਹੋਇਆ ਪਿਆ ਨਾ ਨੀਂਦ ਪੂਰੀ ਹੋਈ ਅਤੇ ਬਾਕੀ ਇੰਡੀਗੋ ਵਾਲਿਆਂ ਨੇ ਦਿਮਾਗ ਖਰਾਬ ਕਰਤਾ ਯਾਰ 45 ਮਿੰਟ ਵੇਸਟ ਕਰਤੇ ਮੈਂ ਪੂਰੇ ਟਾਈਮ 'ਤੇ ਪਹੁੰਚਿਆ ਸੀ ਪਰ ਕੋਈ ਚੱਕਰ ਨਹੀਂ ਹੁਣ ਸਭ ਸੋਟ ਆ ਜਿਹੜੀ ਇਮੀਗ੍ਰੇਸ਼ਨ ਆ ਉਹ ਦਿੱਲੀ ਤੋਂ ਹੋਣੀ ਆ ਕਿਉਂਕਿ ਜਦੋਂ ਆਪਾਂ ਇੰਡੀਆ ਤੋਂ ਆਊਟ ਕਰਨਾ ਵਾ ਜਿਵੇਂ ਲਾ ਲਓ ਕਿ ਅੰਮ੍ਰਿਤਸਰੋਂ ਮੈਂ ਜਦੋਂ ਆਸਟ੍ਰੇਲੀਆ ਗਿਆ ਸੀ ਤਾਂ ਅੰਮ੍ਰਿਤਸਰੋਂ ਮੈਂ ਸਿੰਗਾਪੁਰ ਗਿਆ ਸੀ ਤਾਂ ਕਰਕੇ ਅੰਮ੍ਰਿਤਸਰ ਇਮੀਗ੍ਰੇਸ਼ਨ ਹੋਈ ਹੁਣ ਪਹਿਲਾਂ ਮੈਂ ਦਿੱਲੀ ਜਾਣਾ ਵਾ ਡੋਮੈਸਟਿਕ ਟਰੈਵਲ ਕਰਨਾ ਵਾ ਉਦੋਂ ਇਮੀਗ੍ਰੇਸ਼ਨ ਨਹੀਂ ਹੋਣੀ ਹੁਣ ਜਦੋਂ ਮੈਂ ਦਿੱਲੀ ਤੋਂ ਹੀਥਰੋ ਜਾਣਾ ਵਾ ਇੰਡੀਆ ਤੋਂ ਆਊਟ ਕਰਨਾ ਵਾ ਫਿਰ ਇਮੀਗ੍ਰੇਸ਼ਨ ਹੋਣੀ ਹੈ ਯਾਰ ਬਾਹਰ ਤਾਂ ਧੁੰਦ ਨੇ ਬੁਰੇ ਹਾਲ ਕੀਤੇ ਪਏ ਆ ਹੁਣ ਤਾਂ ਫਿਰ ਵੀ ਥੋੜ੍ਹੀ ਘਟੀ ਧੁੰਦ ਥੋੜ੍ਹੀ ਦੇਰ ਪਹਿਲਾਂ ਤਾਂ ਇੰਨੀ ਜ਼ਿਆਦਾ ਸੀ ਆ ਪਲੇਨ ਹੀ ਦਿਖਦਾ ਅੰਦਰੋਂ
ਹੁਣ ਦਿੱਲੀ ਏਅਰਪੋਰਟ 'ਤੇ ਪਹੁੰਚ ਚੁੱਕਿਆ ਵਾਂ, ਬਟ ਇੱਕ ਹੋਰ ਮਸਲਾ ਹੈਗਾ ਵਾ, ਇਹ ਹੈਗਾ ਵਾ T2 ਡੋਮੈਸਟਿਕ ਟਰਮੀਨਲ, ਅਤੇ ਮੇਰੀ ਜਿਹੜੀ ਫਲਾਈਟ ਆ ਦਿੱਲੀ ਤੋਂ ਲੰਡਨ ਦੀ ਉਹ ਹੈਗੀ ਆ T3 ਤੋਂ। ਹੁਣ ਇੱਥੋਂ T2 ਤੋਂ, T2 ਕਿੰਨਾ ਫਨੀ ਲੱਗਦਾ ਨੇ, ਟਰਮੀਨਲ 2 ਤੋਂ ਜਾਵਾਂਗਾ ਸ਼ਟਲ ਬੱਸ ਫੜ ਕੇ ਟਰਮੀਨਲ 3। ਹੁਣ ਇੱਥੋਂ ਸ਼ਟਲ ਫੜਦੇ ਹਾਂ, 6 ਤੋਂ 8 ਮਿੰਟ ਦਾ ਰਸਤਾ ਵਾ ਟਰਮੀਨਲ 3 ਦਾ, ਉੱਥੋਂ ਤੁਰ ਕੇ ਜਾਂਦੇ ਹਾਂ ਯਾਰ, ਵਾਧੂ ਟਾਈਮ ਹੈਗਾ, ਕੋਈ ਚੱਕਰ ਨਹੀਂ ਆ। ਅੰਮ੍ਰਿਤਸਰ ਕੋਸਟ ਦਾ ਜਿਹੜਾ ਸਟਾਫ ਸੀ ਉਹ ਸ਼ਾਇਦ ਸਬਸਕ੍ਰਾਈਬਰ ਸੀ ਯਾਰ, ਉਹਨਾਂ ਵੱਲੋਂ ਕੌਫੀ ਸਪੋਂਸਰ ਸੀ, ਉਹਨਾਂ ਨਾਲ ਹੁਣ ਥੋੜ੍ਹੀ ਐਨਰਜੀ ਆਈ ਕੌਫੀ ਨਾਲ। ਅਤੇ ਫਲਾਈਟ ਦੇ ਵਿੱਚ ਵੀ ਮੈਂ ਯਾਰ ਮੀਲ ਤਾਂ ਕੋਈ ਐਡ ਕਰਾਈ ਨਹੀਂ ਸੀ, ਪਰ ਫਿਰ ਵੀ ਮੈਨੂੰ ਉਹ ਸਨੈਕ ਵਾਲਾ ਬੋਕਸ ਦਿੱਤਾ ਉਹਨਾਂ ਨੇ, ਪਤਾ ਨਹੀਂ ਕੀ ਏਅਰ ਹੋਸਟਸ ਨੇ। ਹੁਣ ਚੱਲਦੇ ਹਾਂ ਤੁਰਦੇ ਤੁਰਦੇ ਟਰਮੀਨਲ 3। ਜਿਹੜਾ ਦਿੱਲੀ ਏਅਰਪੋਰਟ ਸਿਕਿਉਰਟੀ ਚੈੱਕ 'ਤੇ ਰਸ਼ ਦੇਖੋ ਕਿੰਨਾ ਯਾਰ, ਇਮੀਗ੍ਰੇਸ਼ਨ ਤਾਂ ਹੋ ਗਈ, ਹੁਣ ਸਿਕਿਉਰਟੀ ਚੈੱਕ 'ਤੇ ਲੱਗਦਾ ਅੱਧਾ ਪੌਣਾ ਘੰਟਾ ਲੱਗ ਜਾਣਾ। ਸੋ ਫਾਈਨਲੀ ਇਮੀਗ੍ਰੇਸ਼ਨ ਹੋ ਗਈ ਹੈ, ਸਿਕਿਉਰਟੀ ਚੈੱਕ ਹੋ ਗਿਆ, ਸਿਕਿਉਰਟੀ ਚੈੱਕ 'ਤੇ ਇੰਨਾ ਜ਼ਿਆਦਾ ਟਾਈਮ ਲੱਗਿਆ, ਇੰਨਾ ਜ਼ਿਆਦਾ ਰਸ਼ ਸੀ ਨਾ, 1 ਘੰਟਾ ਲੱਗ ਗਿਆ। ਅਤੇ ਹੁਣ ਟਾਈਮ 9:35 ਹੋਏ ਆ, ਅਤੇ 11:30 ਵਜੇ ਬੋਰਡਿੰਗ ਆ। ਸੋ ਆਪਣੇ ਕੋਲ ਹਲੇ 2-3 ਘੰਟੇ ਹੈਗੇ, ਆਰਾਮ ਨਾਲ ਲਾਊਂ ਚੱਲਦੇ ਹਾਂ। ਪਿੱਛੇ ਸਾਰਾ ਡੈਲੀ ਡਿਊਟੀ ਫਰੀ ਆ, ਅਤੇ ਜਿਹੜੇ ਲਾਊਂਜ ਆਪਾਂ ਰੁਕਦੇ ਹੁੰਦੇ ਉਹ ਉੱਧਰ ਉੱਪਰ ਆ, ਐਂਡ ਕਾਮ ਲਾਊਂਜ। ਸੋ ਹਮੇਸ਼ਾ ਜਿਹੜਾ ਉਹ ਬੈਂਕਕ ਵੀ ਗਏ ਹਾਂ, ਦੁਬਈ ਵੀ ਗਏ ਨਾ, ਹਮੇਸ਼ਾ ਇਸ ਲਾਊਂਜ 'ਚ ਰੁਕੇ ਹਾਂ, ਅਤੇ ਇੱਥੋਂ ਸਾਰਾ ਆਪਣੇ ਨਗਰਾ ਦੇਖਦੇ ਆ ਹਮੇਸ਼ਾ ਯਾਰ, ਜਦੋਂ ਵੀ ਆਪਾਂ ਆਉਂਦੇ ਨਾ ਸਿੰਗਾਪੁਰ ਏਅਰਲਾਈਨਸ ਇੱਥੇ ਲੱਗਾ ਹੁੰਦਾ। ਪਹਿਲਾਂ ਲਾਊਂਜ ਐਕਸੈਸ ਕਰਨ ਦਾ 1 ਰੁਪਏ ਕੱਢਦੇ ਹੁੰਦੇ ਸੀ, ਅੱਜ ਕੱਲ੍ਹ 2 ਕਰਤੇ ਇਹਨਾਂ ਨੇ। ਅਤੇ ਹੁਣ ਇੱਥੇ ਬੈਠਦੇ ਹਾਂ ਯਾਰ, ਫੋਨ ਚਾਰਜ ਕਰਨੇ ਆ, ਦੇਖੀ ਕੀ ਆ ਫਿਰ, ਹਮੇਸ਼ਾ ਇਹਨਾਂ ਦਾ ਮੈਨੂੰ ਸੇਮ ਹੀ ਹੁੰਦਾ ਵਾ, ਚਿਕਨ ਸੋਸਿਸ। ਹੁਣ ਲਿਆ ਕੇ ਫੋਨ ਚਾਰਜ ਲਾਇਆ ਵਾ, ਨਾਲ ਥੋੜ੍ਹਾ ਜਿਹਾ ਬ੍ਰੇਕਫਾਸਟ, ਇੱਧਰ ਸਾਂਬਰ ਆ, ਚਟਨੀ ਆ, ਡੋਸਾ ਵਾ, ਸੋਸਿਜ ਆ। ਸੋਸਿਜ ਖਾਣ ਦਾ ਮੇਰਾ ਦਿਲ ਨਹੀਂ ਕਰਦਾ ਯਾਰ, ਇੱਧਰ ਥੋੜ੍ਹਾ ਜਿਹਾ ਸੈਲਡ ਸੀ ਅਤੇ ਨਾਲ ਫਰੂਟ ਸੀ, ਅਤੇ ਇੱਧਰ ਔਰੇਂਜ ਜੂਸ ਆ। ਟਾਈਮ ਕਿੰਨਾ ਹੋ ਗਿਆ ਵਾ ਯਾਰ, ਟਾਈਮ ਬੜੀ ਛੇਤੀ ਪੀ ਰਿਹਾ, ਜਦੋਂ ਆਪਾਂ ਲਾਉਂ ਜਾ ਜਾਂਦੇ ਹਾਂ ਟਾਈਮ ਇੰਨੀ ਛੇਤੀ ਐਂ ਭੱਜਦਾ ਜਾਣਾ। ਮਨਾ ਲਓ ਕਿ 9:30 ਆਇਆ ਸੀ ਅਤੇ 10:15 ਹੋ ਵੀ ਗਏ ਆ, ਔਰ ਇੱਥੇ ਘੰਟੇ ਕੁ ਵੇਟ ਕਰਦੇ ਹਾਂ, ਫਿਰ ਚੱਲਦੇ ਆਪਣੇ ਬੋਰਡਿੰਗ ਗੇਟ ਵੱਲ। ਹੁਣ ਲਾਊਂਜ ਤੋਂ ਨਿਕਲ ਚੁੱਕੇ ਹਾਂ ਜੀ, ਹਲੇ ਗੇਟ ਮੇਰੇ ਬੋਰਡਿੰਗ ਪਾਸ ਲਿਖਿਆ ਨਹੀਂ ਹੈ, ਸੋ ਫਲਾਈਟ ਨੰਬਰ ਦੇਖ ਕੇ ਉਹ ਗੇਟ ਵੀ ਹਲੇ ਲੱਭਣਾ ਪੈਣਾ ਵਾ। ਸੋ 11:00 ਵੱਜ ਗਿਆ, 11:30 ਦੀ ਬੋਰਡਿੰਗ ਟਾਈਮ ਹੀ। ਜੇ ਏਅਰਪੋਰਟ 'ਤੇ ਆ ਕੇ ਨਾ, ਭਾਵੇਂ 4 ਘੰਟੇ ਦਾ ਲੇਓਵਰ ਹੋਵੇ, ਭਾਵੇਂ 5 ਦਾ, ਜੇ ਤੁਸੀਂ ਲਾਊਂਜ ਐਕਸੈਸ ਕਰ ਲੈਣਾ ਫਿਰ ਤੁਹਾਡਾ ਟਾਈਮ ਪਤਾ ਨਹੀਂ ਲੱਗਣਾ ਕਿੱਥੇ ਬੀਤ ਗਿਆ। ਹਰ ਜਗ੍ਹਾ ਲੰਡਨ ਹੀ ਲੰਡਨ ਸਪੋਰਟ ਹੁੰਦੇ ਯਾਰ, ਤੁਹਾਡੇ ਨਾਲ ਵੀ ਇੱਦਾਂ ਹੁੰਦਾ ਜਦੋਂ ਆਪਾਂ ਕਿਸੇ ਚੀਜ਼ ਵੱਲ ਜ਼ਿਆਦਾ ਧਿਆਨ ਦਿੰਦੇ ਜੇ, ਜਿਵੇਂ ਕਿ ਲਾ ਲਓ ਆਪਾਂ ਕੋਈ ਕਾਰ ਖਰੀਦਣੀ ਹੋਵੇ, ਫੋਰਚੂਨ ਖਰੀਦਣੀ ਹੋਵੇ, ਤਾਂ ਜਦੋਂ ਆਪਾਂ ਉਹਦੇ ਵੱਲ ਜ਼ਿਆਦਾ ਧਿਆਨ ਦਿੰਦੇ, ਉਹ ਹਰ ਜਗ੍ਹਾ ਫਿਰ ਸੜਕਾਂ 'ਤੇ ਨਾ ਫਿਰ ਫੋਰਚੂਨ ਦਿਖ ਲੱਗ ਪੈਂਦੀ। ਹੁਣ ਲੰਡਨ ਜਾ ਰਿਹਾ ਵਾ, ਪਿੱਛੇ ਸਟੋਰ ਦਾ ਨਾਮ ਲੰਡਨ ਸੀ, ਹੁਣ ਮੈਨੂੰ ਹਰ ਜਗ੍ਹਾ ਨਾ ਲੰਡਨ, UK, ਐਡਿਨਬਰਗ ਅਤੇ ਗਲਾਸਗੋ ਐਵੇਂ ਦੇ ਵਰਡ ਹੀ ਵਿਖੇ ਜਾਂਦੇ ਯਾਰ, ਵੀ ਉਹ ਚੀਜ਼ਾਂ ਦਿਮਾਗ 'ਚ ਨਾ। ਹੁਣ ਇੱਥੋਂ ਦੇਖ ਰਹੇ ਆਪਾਂ ਆਪਣਾ ਫਲਾਈਟ, ਔਰ ਲੰਡਨ ਹੀ ਇੱਥੋਂ ਵਰਜਨ ਗੇਟ ਨੰਬਰ 9 ਲੰਡਨ ਹੀਥਰੋ ਵਰਜਨ ਐਟਲਾਂਟਿਕ ਗੇਟ ਨੰਬਰ 9 'ਤੇ ਜਾਣਾ। ਜੇ ਵੈਦਰ ਦੀ ਗੱਲ ਕਰੀਏ ਤਾਂ ਯਾਰ, ਦਿੱਲੀ ਘੱਟ ਠੰਡਾ, ਪਰ ਅੰਮ੍ਰਿਤਸਰ ਤਾਂ ਬਹੁਤ ਬੁਰੇ ਹਾਲ ਹੀ ਆ। ਮੈਂ 3 ਚੀਜ਼ਾਂ ਪਾਈਆਂ ਹੋਈ ਥੱਲੇ, ਇੱਕ ਟੀ ਸ਼ਰਟ ਪਾਈ ਹੋਈ ਆ, ਫਿਰ ਸਵੈਟ ਪਾਈ ਆ, ਫਿਰ ਉੱਤੋਂ ਹੁੱਡੀ ਪਾਈ ਆ। ਦਿੱਲੀ 'ਚ ਮੈਨੂੰ ਇੱਥੇ ਗਰਮੀ ਲੱਗਣ ਦੀ ਆ, ਬਟ ਲੰਡਨ ਜਾ ਕੇ ਨਾ ਹੋਰ ਠੰਡ ਲੱਗਣੀ ਆ, ਕਿਉਂਕਿ ਉੱਥੇ ਵੈਦਰ ਬਹੁਤ ਕੰਮ ਖਰਾਬ ਆ ਯਾਰ। ਉੱਥੇ ਤਾਂ ਹੁਣ ਲਾ ਲਓ ਕਿ ਹੋਰ 2-4 ਦਿਨਾਂ ਨੂੰ ਸਨੋਫਾਲ ਵੀ ਸ਼ੁਰੂ ਹੋਈ ਜਾਂਦੀ ਆ। ਸਫਾਈ ਕਰਨ ਦਾ ਤਰੀਕਾ ਚੈੱਕ ਕਰੋ, ਹੋ ਗਈ ਹੈ ਜੀ ਬੋਰਡਿੰਗ ਸਟਾਰਟ। ਅਤੇ ਹੁਣ ਮੈਨੂੰ ਉੱਥੇ ਨਾ ਡੈਸਕ 'ਤੇ ਬੁਲਾਇਆ ਸੀ ਇਨਕੁਆਇਰੀ ਵਾਸਤੇ, ਕਿਉਂਕਿ ਮੇਰੀ ਕਨੈਕਟਿੰਗ ਫਲਾਈਟ ਨੇ ਅੰਮ੍ਰਿਤਸਰ ਤੋਂ ਆਇਆ ਸੀ, ਅਤੇ ਉਹ ਡਿਟੇਲ ਨਹੀਂ ਭੇਜਦੇ ਇੰਡੀਗੋ ਵਾਲੇ ਇਹਨਾਂ ਨੂੰ, ਵਾਧੇ ਜਿਹੜੇ ਐਟਲਾਂਟਿਕ ਵਾਲਿਆਂ ਨੂੰ, ਤਾਂ ਕਰਕੇ ਅਸੀਂ ਅੱਗੇ ਡਿਟੇਲਾਂ ਦੇ ਗਏ। ਅਤੇ ਉੱਥੇ ਜਿਹੜੇ ਸਟਾਫ ਸੀ, ਇੱਕ ਮੈਮ ਸੀ ਅਤੇ ਇੱਕ ਮੁੰਡਾ ਜਿਹਾ ਸੀ, ਫਿਰ ਉਹਨਾਂ ਨੂੰ ਦੱਸਿਆ ਕਿ ਤੁਸੀਂ ਕੀ ਕਰਦੇ ਹੋ, ਕਹਿੰਦੇ ਯਾਰ ਇਸ ਵੀਜ਼ੇ ਯਾਰ ਤੁਹਾਡੇ ਹੋਟਲ ਬੁਕਿੰਗ ਹੈਗੀ ਆ, ਇਹ ਆ ਵੋ ਆ। ਫਿਰ ਉਹਨਾਂ ਮੈਂ ਐਕਸਪਲੇਨ ਕੀਤਾ ਕਿ ਮੈਂ ਯੂਟਿਊਬਰ ਇੱਦਾਂ, ਮੈਂ ਘੁੰਮਦਾ ਫਿਰਦਾ ਰਹਿੰਦਾ ਵਾਂ, ਸੋ ਤਾਂ ਕਰਕੇ ਮੈਂ ਜਾ ਰਿਹਾ ਹਾਂ, ਤਾਂ ਕਰਕੇ ਕਹਿੰਦੇ ਚਲੋ। ਫਿਰ ਉਹਨਾਂ ਨੂੰ ਆਪਣਾ ਦੱਸਿਆ, ਉਹਨਾਂ ਨੇ ਫਿਰ ਪਛਾਣਿਆ ਕਿ ਹਾਂ ਤੁਹਾਡਾ ਗੋਆ ਵਾਲਾ ਵਲੌਗ ਦੇਖਿਆ ਸੀ, ਜਿਹੜੇ ਸੀ ਉੱਥੇ ਸਾਰੇ ਵੱਡੇ ਉਹ ਬੋਂਬੇ ਦੇ ਕ੍ਰੀਏਟਰਾਂ ਨੂੰ ਮਿਲੇ ਸੀ, ਵੱਡੇ ਵੱਡੇ ਕ੍ਰੀਏਟਰਾਂ ਨੂੰ। ਸੋ ਉਹਨਾਂ ਨਾਲ 10-15 ਮਿੰਟ ਗੱਲਾਂ ਮਾਰ ਕੇ ਆਇਆ ਵਾਂ, ਬਸ ਹੁਣ ਦਿਨ ਨੂੰ ਹੋ ਗਿਆ ਟਾਈਮ ਬੋਰਡਿੰਗ ਦਾ। ਮੇਰਾ ਗਰੁੱਪ ਹੈਗਾ ਸੀ 9, ਅਤੇ ਹਾਲੇ ਗਰੁੱਪ ਚੱਲ ਰਹੇ 1-6, ਅਤੇ ਜਿਹੜੇ ਸਟਾਫ ਵਾਲੇ ਸੀ ਯਾਰ, ਉਹਨਾਂ ਨਾਲ ਚੰਗੀ ਵਾਕ ਵੀ ਹੋ ਗਈ,
ਸੋ ਉਹਨਾਂ ਨੇ ਕਿਹਾ ਕਿ ਆਓ ਤੁਹਾਨੂੰ ਬੋਰਡ ਕਰਾ ਦਿੰਦੇ ਹਾਂ ਯਾਰ। ਸੋ ਉਹ ਲੱਗੀ ਆ ਫਲਾਈਟ, ਚੱਲ ਕੇ ਬੋਰਡ ਕਰਦੇ ਹਾਂ। ਸੀਟ ਨੰਬਰ ਮੇਰਾ ਹੈਗਾ 77D। ਇਹ ਹੈਗੀ ਆ ਏਅਰਬੱਸ A350। ਯਾਰ ਹੁਣ ਫਲਾਈਟ 'ਚ ਤਾਂ ਬੋਰਡ ਕਰ ਲਿਆ ਹੋਇਆ, ਬਟ ਇੱਕ ਚੱਕਰ ਪੈ ਗਿਆ ਯਾਰ, ਮੈਂ ਵਿੰਡੋ ਸੀਟ ਕਹੀ ਉੱਥੇ ਵੇਲੋ ਇੰਡੀਗੋ ਵਾਲੇ ਇੰਨਾ ਕੁ ਤੰਗ ਕਰ ਰਹੇ ਨੇ ਯਾਰ, ਕੀ ਦੱਸਾਂ ਉਹਨੇ ਵੇਲੋ ਵਿੰਡੋ ਸੀਟ ਨਹੀਂ ਦਿੱਤੀ। ਕਿੰਨੀ ਵਿੰਡੋ ਸੀਟ ਦੇ ਦਿੱਤੀ, ਦੇ ਦਿੱਤੀ ਕੋਈ ਗੱਲ ਨਹੀਂ, ਜਿਹੜੀ ਅੰਮ੍ਰਿਤਸਰ ਤੋਂ ਫਲਾਈਟ ਸੀ ਉਹਦੀ ਵਿੰਡੋ ਸੀਟ ਹੋਈ ਆ, ਮੈਂ ਇਕੱਲਾ ਕੀ ਕਰੂੰਗਾ। ਹੁਣ ਉਧਰ ਮੂਵੀ ਡਾਊਨਲੋਡ ਕੀਤੀ, ਬੰਦਾ ਇਹ ਹੈ ਕਿ ਚਲੋ ਬੋਰ ਹੁੰਦਾ ਬਾਹਰ ਵਿਊ ਦੇਖ ਲੈਂਦਾ ਵਾ ਯਾਰ, ਥੋੜ੍ਹਾ ਜਿਹਾ ਬਲੋਕ ਕਰ ਲੈਂਦਾ ਵਾ, ਪਰ ਇੱਥੇ ਆਹ ਸੀਟ 'ਤੇ ਬਹਿ ਕੇ ਬੰਦਾ ਕੀ ਕਰੂਗਾ ਦੱਸੋ। ਕੋਈ ਚੱਕਰ ਨਹੀਂ, ਕੀ ਪਤਾ ਕਿਸੇ ਨਾਲ ਸੀਟ ਇੱਧਰ ਉੱਧਰ ਹੋ ਜਾਵੇ, ਕੋਈ ਇਕੱਲਾ ਹੋਵੇ ਇੱਧਰ ਫੈਮਿਲੀ ਨਾਲ ਆਇਆ ਹੋਵੇ, ਹੋ ਸਕਦਾ ਯਾਰ, ਬਾਕੀ ਦੇਖਦੇ ਹਾਂ। ਬਟ ਫਲਾਈਟ ਬਹੁਤ ਵਧੀਆ ਯਾਰ, ਸੀਟਾਂ ਥੋੜ੍ਹੀਆਂ ਠੀਕ ਠਾਕ ਆ, ਬੈਡ ਸਪੇਸ ਵੀ ਹੈਗੀ ਆ। ਸੋ ਇਹਨਾਂ ਨੇ ਨਾਲ ਦਿੱਤੇ ਆ ਇੱਕ ਬਲੈਂਕਿਟ ਆ, ਇੱਕ ਏਅਰਫੋਨਸ ਆ, ਇੱਕ ਕੀ ਕਹਿੰਦੇ ਨੂੰ ਪਿੱਲੋ ਆਹ ਦਿਖਾਉਂਦੇ ਤੁਹਾਨੂੰ। ਯਾਰ ਦੇਖ ਲਓ, ਮੈਂ ਕਿਹਾ ਸੀ ਨਾ ਕਿ ਤੁਹਾਨੂੰ ਕਿਸੇ ਨਾ ਕਿਸੇ ਨਾ ਬਾਈ ਨਾਲ ਸੀਟ ਆਪਣੀ ਲਾ ਲਓ ਕਿ ਚੇਂਜ ਹੋ ਜਾਣੀ ਆ। ਆਹ ਬਾਈ ਮਿਲਿਆ ਵਾ ਗੁਰਬਾਜ ਵੀਰਾ, ਇਹ ਬਰਮਿੰਘਮ ਹੀ ਰਹਿੰਦੇ ਆ, ਬਰਮਿੰਘਮ ਦੇ ਲਾਗੇ ਮੈਨਚੈਸਟਰ ਲਾਗੇ ਰਹਿੰਦੇ ਆ, ਅਤੇ ਬਾਈ ਨੇ ਪਛਾਣਿਆ, ਕਹਿੰਦੇ ਕੋਈ ਗੱਲ ਨਹੀਂ ਤੁਸੀਂ ਇੱਥੇ ਬੈਠੇ ਯਾਰ। ਉਹਨੇ ਦੇਖ ਲਿਆ ਕਿ ਵੀਰ ਨੇ ਬਲੋਕ ਕਰਨਾ ਹੋਣਾ, ਛੋਟ ਛੋਟ ਲੈਣੇ ਉਹਨੇ ਬਾਹਰ, ਅਤੇ ਬਾਈ ਨੇ ਆਪ ਹੀ ਮੈਨੂੰ ਸਲਾਹ ਮਾਰ ਲਈ। ਹੁਣ ਇਹ ਕਿ ਸਫ਼ਰ ਥੋੜ੍ਹਾ ਵਧੀਆ ਲੱਗ ਜੂਗਾ ਯਾਰ, ਗੱਲਾਂ ਬਾਤਾਂ ਕਰ ਰਹੇ ਨਾ, ਵੈਸੇ ਬੋਰ ਹੋਣਾ ਸੀ, ਤੁਸੀਂ ਬੋਰ ਹੋਣਾ, ਤੁਹਾਡੇ ਲੱਗੇ ਕੋਈ ਨਹੀਂ ਹੈਗਾ ਸੀ, ਹੁਣ ਗੱਲਾਂ ਬਾਤਾਂ ਕਰਦੇ ਜਾਵਾਂਗੇ। ਹਾਂਜੀ ਹਾਂਜੀ ਬਾਈ, ਜ਼ਰੂਰ। ਮੈਂ ਸਭ ਤੋਂ ਲੰਬੀ ਲਾ ਲਓ ਕਿ ਫਲਾਈਟ ਲਿੱਤੀ ਸੀ 8 ਘੰਟੇ ਦੀ ਆਸਟ੍ਰੇਲੀਆ ਦੀ ਸੀ, ਸਿੰਗਾਪੁਰ ਤੋਂ ਆਸਟ੍ਰੇਲੀਆ ਦੀ ਸਿਡਨੀ ਦੀ। ਆਹ ਮੇਰੀ ਆਹ ਲਾ ਲਓ ਕਿ ਮੇਰੀ ਲਾਈਫ ਦੀ ਸਭ ਤੋਂ ਲੰਬੀ ਫਲਾਈਟ ਹੈ 10 ਘੰਟੇ ਦੀ। ਰਾਹ ਕਿੱਡਾ ਘੈਂਟ ਆ, ਉਹ ਲਾ ਦੇਖਿਓ, ਸਾਰੇ ਪ੍ਰਾਈਵੇਟ ਲੱਗੇ ਆ। ਉਹ ਛੋਟੀ ਜਿਹੀ ਜਹਾਜ਼ੀ ਵੀ ਹੈਗੀ, ਉਹ ਕਿੱਡਾ ਘੈਂਟ ਆ ਯਾਰ, ਆਹ ਦੇਖਿਓ, ਆਹ ਸੋਹਣਾ ਸਭ ਤੋਂ। ਦੇਖਿਓ ਯਾਰ, ਇਹ ਕਿੰਨਾ ਗੰਦ ਪਾਤਾ ਇੱਥੇ, ਇੱਕ ਇੱਕ ਡਰਿੰਕ ਪੀਤੀ, ਹਲੇ ਮੀਲ ਸਾਫ਼ ਨਹੀਂ ਹੋਈ, ਬਾਹਰ ਕੜਾਕੀ ਧੁੱਪ ਲੱਗੀ ਹੋਈ ਆ। ਪਨੀਰ ਹੋਣਾ ਹੈ ਨਾ, ਆਹ ਸਹੀ ਹੈ ਯਾਰ, ਪਰ ਇਹ ਸਫ਼ਰ ਸੌ ਕੇ ਘਟਣਾ ਵਾ, ਹੈ ਨਾ, ਕਿੰਨੀ ਕੁ ਦੇਰ ਬੰਦਾ ਯਾਰ ਵੇਖੀ ਜਾਊਗਾ, ਮੇਰਾ ਬੋਰ ਹੋ ਗਿਆ ਯਾਰ। ਮੈਂ ਨੈਟਫਲਿਕਸ ਤੇ ਯੂਟਿਊਬ ਤੇ ਕਿੰਨਾ ਕੁਝ ਡਾਊਨਲੋਡ ਕਰਕੇ ਲੈ ਕੇ ਆਇਆ ਸੀ, ਤੇ ਮੈਂ ਇੱਕ ਚੀਜ਼ ਨਹੀਂ ਵੇਖੀ, ਮੈਂ ਖੁਦ ਲੈ ਕੇ ਆਇਆ ਵਾ। ਮੈਂ ਉੱਥੇ ਲੌਂਜ ਦੇ ਵਿੱਚ ਵਾਈਫਾਈ ਕਨੈਕਟ ਕਰਕੇ 3 ਉਹ ਫਿਲਮਾਂ ਡਾਊਨਲੋਡ ਕੀਤੀਆਂ ਨੇ, ਪਰ ਫੋਨ ਤੇ ਮਜ਼ਾ ਨਹੀਂ ਹੁੰਦਾ ਯਾਰ ਦੇਖਣ ਦਾ, ਹੈ ਨਾ, ਸਫ਼ਰ ਸੌ ਕੇ ਲੱਗਦਾ, ਸਫ਼ਰ ਸੌ ਕੇ ਲੱਗਦਾ ਵਾ। ਹੁਣ ਚਲੋ ਖਾਣੇ ਪੀਂਦੇ ਹਾਂ, ਅਤੇ ਫਿਰ ਅੱਗੇ ਦੇਖਦੇ ਹਾਂ। ਬਾਹਰ ਤਾਂ ਯਾਰ ਕੜਾਕੀ ਧੁੱਪ ਚੜੀ ਪਈ ਆ, ਬਾਹਰ ਦੇਖਣ ਨੂੰ ਜਲਦੀ ਕਰ ਲਿਆ, ਬਤਾ ਦੇ ਇੱਥੇ ਤੋਂ ਆਪਾਂ ਜਲਦੀ ਕਰ ਦਿੰਦੇ ਹਾਂ। ਹਾਲੇ ਵੀ 6 ਘੰਟੇ ਪਏ ਆ ਲੰਡਨ ਪਹੁੰਚਣ 'ਤੇ, ਅਤੇ ਇੱਕ ਮੂਵੀ ਖਤਮ ਕੀਤੀ ਆ, ਇੱਕ ਵਲੋਗ ਐਡਿਟ ਕੀਤਾ ਵਾ, ਅਤੇ ਹੁਣ ਯਾਰ ਨੀਂਦ ਲੱਗ ਪਈ ਆ, ਵੀਰਾ ਵੀ ਸੌ ਗਿਆ ਹੋਇਆ, ਅਤੇ ਬਾਹਰ ਵੇਖਣ 'ਤੇ ਕੁਛ ਵਿਖਣ ਵੀ ਨਹੀਂ ਦਿਆ ਯਾਰ, ਥੱਲੇ ਧੂੰਆਂ ਹੀ ਧੂੰਆਂ ਬਸ, ਮਤਲਬ ਬੱਦਲ ਬੁੱਦਲ, ਅਤੇ ਬਾਹਰ ਧੁੱਪ ਬਹੁਤ ਤੇਜ਼ ਆ ਯਾਰ, ਅੱਖਾਂ ਨਹੀਂ ਖੁੱਲਦੀਆਂ, ਅਤੇ ਬਸ ਹੁਣ ਸੋਣਾ ਹੀ ਪੈਣਾ ਯਾਰ। 6 ਘੰਟੇ ਕਿੱਦਾਂ ਨਿਕਲਦੇ ਹਾਂ, ਜਾ ਤਾਂ ਬੰਦਾ ਖਾ ਲਊਗਾ ਅਤੇ ਜਾ ਸੌ ਜੂਗਾ। ਹੁਣ ਖਾ ਪੀ ਲਿਆ ਅਸੀਂ, ਚਾਹ ਵੀ ਪੀ ਲਈ ਆ, ਡਰਿੰਕ ਵੀ ਪੀ ਲਈ ਆ, ਮੀਲ ਵੀ ਖਾ ਲਈ ਆ। ਥੋੜ੍ਹਾ ਵਾਸ਼ਰੂਮ 'ਚ ਆਇਆ ਮੈਂ ਖਲਾਉਣ ਵਾਸਤੇ ਯਾਰ, ਬੈਠੇ ਬੈਠੇ ਤਾਂ ਥੱਕ ਜਾਂਦਾ ਬੰਦਾ। 5 ਘੰਟੇ ਰਹਿ ਗਏ ਆ, ਫਿਰ ਜਾ ਕੇ ਦੇਖਦੇ ਹਾਂ ਕੀ ਮੋਲ ਚੱਲ, ਕਿੱਦਾਂ ਦਾ ਵੈਦਰ। ਵੈਦਰ ਕਹਿੰਦੇ ਕਿ ਬਹੁਤ ਜ਼ਿਆਦਾ ਠੰਡ, ਹਰਮ ਨਾਲ ਗੱਲ ਹੋਈ ਸੀ। ਐਪਲ ਲੈ ਲਈਏ, ਆਹ ਕਿਹੜਾ ਵਾ, ਕ੍ਰੈਨਬੇਰੀ ਵੀ ਹੈਗਾ,
ਐਪਲ ਹਾਂ ਕ੍ਰੈਨਬੇਰੀ ਪਾ ਲਓ ਯਾਰ ਸਾਰੇ ਨਾ ਬਹਿ ਬਹਿ ਕੇ ਥੱਕ ਗਏ ਹੋਏ ਆ ਸੋ ਸਾਰੇ ਇੱਧਰ ਆ ਕੇ ਖਲੋਈ ਜਾ ਰਹੇ ਹੁਣ ਆਪਾਂ ਕੁਛ ਪੀਣ ਲਈ ਆਏ ਹਾਂ ਉਹ ਥੱਕ ਗਈਆਂ ਯਾਰ ਸਾਰੀਆਂ ਏਅਰ ਹੋਸਟਸਾਂ ਸਾਡੀ 10 ਘੰਟੇ ਦੀ ਫਲਾਈਟ 'ਚ ਹੀ ਬੱਸ ਹੋ ਗਈ ਆ ਅਤੇ ਆ ਸਾਰੀ ਵੀਰੇ ਨੇ ਹਾਲੇ ਨਿਊਯੋਰਕ ਜਾਣਾ ਅੱਗੇ ਹੋਰ 10 ਘੰਟੇ ਦੀ ਫਲਾਈਟ ਹੈਗੀ ਆ ਹੋਰ 10 ਘੰਟੇ ਦੀ ਫਲਾਈਟ ਇਟਸ ਗੋਇੰ ਟੂ ਬੀ ਲੌਂਗ ਟਾਈਮ ਬੜਾ ਔਖਾ ਰਹਿਣਾ ਯਾਰ ਬਹੁਤ ਜ਼ਿਆਦਾ ਔਖਾ ਹੈ ਥੈਂਕ ਯੂ ਨਾਈਸ ਟੂ ਸੀ ਯੂ ਮਿਸਟਰ ਵੀਰ ਲੰਡਨ ਪਹੁੰਚ ਚੁੱਕੇ ਹਾਂ ਜੀ ਅਤੇ ਹੁਣ ਫਟਾਫਟ ਬੈਗ ਕਲੇਮ ਕਰੀਏ ਇਮੀਗ੍ਰੇਸ਼ਨ ਫੇਰ ਗਈ ਕਿਉਂਕਿ ਮੇਨ ਚੱਕਰ ਹੈਗਾ ਇਮੀਗ੍ਰੇਸ਼ਨ ਦਾ ਸੋ ਇਮੀਗ੍ਰੇਸ਼ਨ ਕਲੀਅਰ ਕਰੀਏ ਹਾਲੇ ਯਾਰਾਂ ਨੂੰ ਆਉਣ 'ਤੇ 2 ਘੰਟੇ ਲੱਗਣੇ ਆ ਹਰਮਨ ਹੁਣ ਜਾ ਕੇ ਘਰੋਂ ਨਿਕਲੇ ਯਾਰ ਇਹਨਾਂ ਦਾ ਇੰਡੀਆ ਵੀ ਇਹੀ ਹਾਲ ਹੀ ਇੱਥੇ ਆ ਕੇ ਵੀ ਇਹੀ ਹਾਲ ਆ ਵੀਰੇ ਨੇ ਮੈਨੂੰ ਲੋਕੇਸ਼ਨ ਦਿਖਾਈ ਸੀ ਕਿ ਵੀਰੇ ਬਰਮਿੰਗਮ ਤੋਂ ਇੱਥੇ ਹੁੰਦੇ ਆ ਨਾ ਦੋ ਢਾਈ ਘੰਟੇ ਲੱਗ ਹੀ ਜਾਣੇ ਕਿਉਂਕਿ ਰਾਤ ਦਾ ਟਾਈਮ ਟ੍ਰੈਫਿਕ ਬਹੁਤ ਜ਼ਿਆਦਾ ਹੋਣਾ ਵਾ ਅਤੇ ਉਹੀ ਗੱਲ ਹੁਣ ਸਾਨੂੰ ਇੱਥੋਂ ਬਾਹਰ ਨਿਕਲਣ 1 ਘੰਟਾ ਲੱਗੂਗਾ 1 ਘੰਟਾ ਵੇਟ ਕਰਾਉਣਗੇ ਕਿਉਂਕਿ ਯਾਰ ਜਗ੍ਹਾ ਜਿਹੜੀ ਮਰਜ਼ੀ ਹੋਵੇ ਬੰਦਾ ਨਹੀਂ ਸੁਧਰ ਸਕਦੇ ਜਿੰਨੇ ਸੁਧਰਨਾ ਉੱਥੇ ਉਹਨੇ ਇੰਡੀਆ 'ਚ ਵੀ ਸੁਧਰ ਜਾਣਾ ਪੰਜਾਬੀਆਂ ਨੇ ਲੇਟ ਹੋਣਾ ਹੀ ਹੁੰਦਾ ਹੈਲੋ ਵੀਰੇ ਆ ਗਿਆ ਮੈਂ ਬਾਹਰ ਕਿੱਥੇ ਤੁਸੀਂ ਅਤੇ ਹੋਰ ਕੀ 5 ਮਿੰਟ ਲੱਗੇ ਆ ਚੱਲ ਆਇਆ ਯਾਰ ਇਮੀਗ੍ਰੇਸ਼ਨ ਦਾ ਇੰਨਾ ਕੁ ਜ਼ਿਆਦਾ ਡਰਾਇਆ ਹੋਇਆ ਨਾ ਸਾਰਿਆਂ ਨੇ ਕਿ ਪਰ ਕੀ ਇਮੀਗ੍ਰੇਸ਼ਨ ਦਾ ਕੀ ਪੁੱਛ ਲੈਣਾ ਵਾ ਉਹਨਾਂ ਨੇ ਜੋ ਲਾ ਲਓ ਕਿ ਜੋ ਮੇਰਾ ਕੰਮ ਸੀ ਉਹਨਾਂ ਨੇ ਕਿਹਾ ਕੀ ਕਰਦਾ ਤੂੰ ਮੈਂ ਪੁੱਛਿਆ ਮੈਂ ਯੂਟਿਊਬਰ ਕਿੰਨੇ ਆਪਣੇ ਚੈਨਲ ਦਿਖਾਇਆ ਚੈਨਲ ਦਿਖਾਇਆ ਅਤੇ ਬਾਕੀ ਗੱਲਾਂ ਤੁਹਾਨੂੰ ਅੱਗੇ ਦੱਸਾਂ ਐਕਸਪੀਰੀਅੰਸ ਸਾਰਾ ਸ਼ੇਅਰ ਕਰਿਆ ਪਰ ਵਧੀਆ ਯਾਰ 5 ਮਿੰਟ ਇਮੀਗ੍ਰੇਸ਼ਨ ਕਰਕੇ ਪਰਾਂ ਕੀਤੀਆਂ ਉਹਨੇ ਮੈਂ ਚਲੋ ਘੁੰਮੋ ਫਿਰ ਵੀ ਬਹੁਤ ਤੰਗ ਨਹੀਂ ਕਰਦੇ ਨਹੀਂ ਤੰਗ ਕਰਦੇ ਯਾਰ ਜਿੰਨਾ ਮੈਂ ਸੁਣਿਆ ਨੇ ਜਿਵੇਂ ਉਹ ਕੁੜੀ ਆ ਉਹਨੂੰ ਕੁਛ ਪਤਾ ਹੀ ਨਹੀਂ ਯਾਰ ਐਡਰੈਸ ਨਹੀਂ ਪਤਾ ਉਹਨੂੰ ਤਾਂ ਓਬਵੀਅਸਲੀ ਪੁੱਛ ਕੇ ਛੱਡਣਗੇ ਨਾ ਉਦਾਂ ਨਹੀਂ ਛੱਡਣਗੇ ਉੱਥੇ ਇੱਕ ਮੈਮ ਹੀ ਉਹਦਾ ਯਾਰ ਪੰਜਾਬੀ ਐਕਸੈਂਟ ਬੜਾ ਘੈਂਟ ਹੈ ਨਾ ਜਿਹੜਾ ਪੰਜਾਬੀ ਨਾ ਉਹ ਕੁੜੀ ਨਾਲ ਬੋਲੇ ਨਾ ਪੰਜਾਬੀ ਦੇ ਵਿੱਚ ਵਧੀਆ ਉਹਦਾ ਐਕਸੈਂਟ ਸੋਹਣਾ ਸੀ ਉਹਦਾ ਹੈ ਨਾ ਮੈਨੂੰ 10-11 ਸਾਲ ਹੋ ਗਏ ਮੈਨੂੰ ਹਜੇ ਵੀ ਪੁੱਛ ਲੈਂਦੇ ਆ ਵੀ ਕਿੱਥੇ ਰਹਿਣਾ ਕੀ ਕਰਦਾ ਕੀ ਨਹੀਂ ਇਵਨ ਤੁਹਾਡੇ ਕੋਲ ਉਹ ਕਾਰਡ ਹੈਗਾ ਵਾ ਰੈਜ਼ੀਡੈਂਸੀ ਪਰਮਨੈਂਟ ਪੁੱਛਦੇ ਆ ਇਹਨਾਂ ਨੇ ਮਾੜੇ ਮੋਟੇ ਜਿਹੜੇ ਹੁੰਦੇ ਆ ਪੁੱਛਣਾ ਹੀ ਹੁੰਦਾ ਬੇਸਿਕ ਜਿਹੇ ਕੁਐਸਚਨ ਪੁੱਛਣੇ ਹੁੰਦੇ ਆ ਹੁਣ ਆਪਾਂ ਬਾਹਰ ਆ ਗਏ ਯਾਰ ਬੈਗ ਕਲੀਨ ਕਰਨ ਵਾਸਤੇ ਪਰ ਸਾਡੇ ਯਾਰ ਉਹਨਾਂ ਨੂੰ 1.5 ਘੰਟਾ ਲੱਗਣਾ ਹਲੇ ਯਾਰ ਕੀ ਕਰਾਂ ਇਹਨਾਂ ਦਾ ਯਾਰ ਹੁਣ 15 ਮਿੰਟ ਹੋ ਗਏ ਇੱਥੇ ਯਾਰ ਖਲੋਤੇ ਹੀ ਇੱਕ ਬੈਗ ਤੇ ਆ ਗਿਆ ਵਾ ਦੂਜਾ ਬੈਗ ਵੀ ਆ ਗਿਆ ਮੈਂ ਸੋਚਿਆ ਮੇਰੀ ਯਾਰ ਇੱਦਾਂ ਵੇਟ ਕਰਦੇ ਹੋਣਗੇ ਬਟ ਉਹ ਤਾਂ ਹਾਲੇ ਘਰੋਂ ਹੀ ਨਹੀਂ ਨਿਕਲੇ 1.5 ਘੰਟਾ ਲੇਟ ਚੱਲਣ ਦਿਆ ਹੁਣ ਕਿਸੇ ਕੌਫੀ ਸ਼ੋਪ 'ਤੇ ਬੈਠਦੇ ਹਾਂ ਥੋੜ੍ਹਾ ਟਾਈਮ ਪਾਸ ਕਰਦੇ ਹਾਂ ਕੀ ਆਸਾ ਰੱਖੇ ਬੰਦਾ ਆਪਣੇ ਯਾਰ ਤੋਂ ਏਅਰਪੋਰਟ ਤੋਂ ਬਾਹਰ ਚੱਲਣੇ ਯਾਰ ਤੁਸੀਂ ਵੇਟ ਕਰ ਰਹੇ ਹਾਂ ਉਹਦੇ ਵੀ ਕੌਫੀ ਪੀ ਲੈਂਦੇ ਹਾਂ ਥੋੜ੍ਹੀ ਐਨਰਜੀ ਆ ਜੂਗੀ ਉਹਨਾਂ ਨੂੰ ਥੋੜ੍ਹੀਆਂ ਗਾਲਾਂ ਕੱਢਣ ਦੀ ਹਰਮਨ ਹੁਣੀ ਆ ਰਹੇ ਆ ਬਾਹਰ ਰਾਊਂਡ ਅਬਾਊਟ ਤੱਕ ਉਹ ਤੱਕ ਯਾਰ ਸਾਡੇ ਕੋਲ 4 ਬੈਗ ਸੀ 2 ਬਾਜੇ ਵੀਰੇ ਦੇ ਸੀ ਅਤੇ 2 ਮੇਰੇ ਅਤੇ ਯਾਰ ਬੜੇ ਔਖੇ ਸੈੱਟ ਕੀਤੇ ਆ ਬਾਈ ਹੋਣਾਂ ਨੇ ਯਾਰ ਵੀਰੇ ਨੂੰ 3 ਜਣੇ ਲੈਣ ਆਏ ਸੀ ਜਿਵੇਂ ਆਪਾਂ ਨਹੀਂ ਜਾਂਦੇ ਹੁੰਦੇ ਯਾਰ ਸਾਰੇ ਜਣੇ ਇਕੱਠੇ ਹੋ ਗਏ ਨਾ ਕੋਈ ਵੀ ਬੰਦਾ ਜਿਵੇਂ ਲਾ ਲਓ ਕਿਤੇ ਪਿੱਕ ਕਰਨ ਜਾਣਾ ਨਾਲ ਮੈਂ ਵੀ ਲੈ ਕੇ ਜਾਈ ਰਹੀ ਹੈ ਨਾ ਪਰ ਪਤਾ ਨਹੀਂ ਸੀ ਕਿ ਮੈਂ ਨਾਲ ਆ ਰਿਹਾ ਵਾਂ ਵੀਰੇ ਟੱਕਰ ਗਿਆ ਵਾਂ ਤਾਂ ਕਰਕੇ ਥੋੜ੍ਹਾ ਔਖਾ ਹੋਣਾ ਯਾਰ ਵੀਰੇ ਸੋਰੀ ਯਾਰ ਪਹਿਲਾਂ ਹੀ ਕੋਈ ਚੱਕਰ ਨਹੀਂ ਭਾਜੀ ਕੋਈ ਚੱਕਰ ਪਰ ਆ ਇਹ ਠੀਕ ਹੀ ਆ ਓਕੇ ਹੀ ਆ ਹਾਂ ਹਾਂ ਓਕੇ ਆ ਓਕੇ ਆ ਬਾਈ ਆ ਬਾਈ ਨਾ ਸਾਡੇ ਹਰਮਨ ਵਰਗਾ ਯਾਰ ਹੈਨਾ ਸੇਮ ਨਾ ਇਹ ਬਾਈ ਸਾਰਿਆਂ ਵਰਗਾ ਲੱਗਦਾ ਇਹ
ਵੀਰੇ ਤੁਹਾਡਾ ਨਾਮ ਕੀ? ਮੇਰਾ ਭਾਜੀ ਯੋਗੀ। ਯੋਗੀ ਤੁਹਾਡਾ ਵੀਰੇ? ਨਾਮ ਪ੍ਰੀਤ। ਨਾਮ ਪ੍ਰੀਤ, ਹਾਂਜੀ। ਕੀ ਬਾਤ ਹੈ ਭਾਈ ਤੁਹਾਡਾ? ਰੋਬਿਨ। ਰੋਬਿਨ ਵੀਰੇ, ਠੀਕ ਹੈ। ਰੋਬਿਨ ਨੇ, ਰੋਬਿਨ ਤਾਂ ਸਾਡੇ ਫਰੈਂਡ ਸਰਕਲ ਵਿੱਚ ਹੋ ਕੰਡਾ ਗਿਆ ਮੁੰਡਾ ਯਾਰ। ਹਾਂਜੀ ਹਾਂਜੀ, ਮੇਰਾ ਜ਼ਿਕਰ ਪਹਿਲਾਂ ਹਾਂ ਬਾਜਵਾ ਵੀਰਾ। ਹਾਂਜੀ ਹਾਂਜੀ। ਤੇ ਬਸ ਇੱਥੋਂ 5 ਮਿੰਟ ਦੇ ਰਸਤਾ ਵੀਰੇ, ਟ੍ਰੈਫਿਕ ਨਾ ਹੋਵੇ ਤਾਂ 5 ਹੀ ਲੱਗਣੇ। ਬਸ ਵੀਰੇ 5 ਮਿੰਟ ਖੇਚੂਗੇ ਯਾਰ, ਸੋਰੀ ਯਾਰ। ਕੋਈ ਚੱਕਰ ਨਹੀਂ ਬਾਜੀ, ਕੋਈ ਚੱਕਰ ਨਹੀਂ। ਬਾ ਠੀਕ ਵੀਰੇ। ਹੁਣ ਵੀਰੇ 1 ਮਿੰਟ ਉਹ ਕਰਿਓ, ਹੌਟਸਪੋਟ ਆਨ ਕਰਿਓ, ਮੈਂ ਉਹਨੂੰ ਫੋਨ ਕਰਦਾ। ਫੋਨ ਕਿੱਥੇ ਗਿਆ? ਗਾਣੇ ਸੁਣ ਤੂੰ। ਤੂੰ ਤੇ ਸਿਆਣਾ ਬਣ ਜਾ, ਕਿੱਦਾਂ? ਠੀਕ ਜੇ ਯਾਰ? ਮੇਰਾ ਤਾਂ ਕੋਈ ਚੱਕਰ ਨੀ, ਬਾਈ ਹੁਣੀ ਵੇਟ ਕਰਨ ਦਾ ਸੀ ਯਾਰ। ਕੋਈ ਚੱਕਰ ਨੀ ਹੈਗਾ। ਰੋਬਿਨ ਵੀਰਾ ਤੇ ਨਾਮ ਪ੍ਰੀਤ, ਚਲੋ ਠੀਕ ਹੈ ਵੀਰੇ, ਧਿਆਨ ਰੱਖੋ। ਓਕੇ ਜੀ। ਮੇਰੇ ਕੱਪੜੇ ਲੈ ਗਏ ਲੈ। ਓਏ ਉਹ ਬੀਬੇ ਖਿਲਾ ਰਿਹਾ ਫੈਨ ਹੈ ਬੇਵਕੂਫਾ। ਰੱਖੋ ਵੀਰੇ, ਧੱਕਾ ਆ ਜੂਗਾ ਦੋਵੇਂ। ਉਹ ਉਧਰ ਵੇਖੀ, ਉਧਰ ਉਧਰ ਵੇਖੀ ਡਰਾਈਵਰ ਸਾਹਿਬ। ਹਰਮਨ ਤੂੰ ਮੰਨੇਗਾ, ਸੋਹ ਲੱਗੇ ਹਾਲ ਤੱਕ ਲੰਡਨ ਦੀ ਵਾਈਬ ਨਹੀਂ ਆ, ਲੱਗਦਾ ਸੁਲਤਾਨਵਿੰਡ ਚ ਆ ਗਏ। ਹੋਰ ਸੁਲਤਾਨਵਿੰਡ ਜਾਣਾ ਹੈ, ਚਗਲਾ ਵੇਖਿਓ ਸਾਰੇ ਸੁਲਤਾਨਵਿੰਡ ਵਾਲੀਆਂ ਚਗਲਾਂ ਜੇ ਸਾਰੀਆਂ। ਓਏ ਗੱਡੀ ਥੱਲੇ ਆ ਨਾ, ਦੱਸਤਾ ਹੀ ਉਹਨਾਂ ਨੇ ਤੁਲ ਚਿਕ ਲਾਉਣਾ ਬਣਾਈ ਇਥੋਂ। ਆਓ ਆ ਇੱਧਰ ਕੀਦਾ ਬੈਗ ਆ ਮੇਰਾ, ਆ ਮੇਰਾ ਬੁੱਕ। ਕੋਈ ਨਹੀਂ, ਚਪੇੜ ਵੱਜੀ ਤੇਰੇ ਹੈਂ ਧਾਰ ਮਾਰ। ਹੁਣ ਲੰਡਨ ਤੋਂ ਬਰਮਿੰਗਮ ਜਾਣ 'ਤੇ ਮੋਟਰਵੇ 'ਤੇ ਆਪਾਂ ਪੈ ਗਏ ਹੋਏ ਹਾਂ, ਅਤੇ 2 ਘੰਟੇ ਲੱਗਣੇ ਆ। ਜੇ ਕਿਤੇ ਆਪਾਂ ਜਿਵੇਂ ਹਰਮਨ ਹੋਣੀ 5 ਵਜੇ ਨਿਕਲੇ ਨਾ ਉੱਥੋਂ, ਫਿਰ ਜ਼ਿਆਦਾ ਟਾਈਮ ਲੱਗ ਜਾਂਦਾ ਕਿਉਂਕਿ ਟ੍ਰੈਫਿਕ ਬਹੁਤ ਹੁੰਦਾ ਵਾ। ਸੋ ਹੁਣ ਆਪਾਂ ਮੋਟਰਵੇ 'ਤੇ ਪਏ ਹੋਏ ਹਾਂ, ਟਾਈਮ 9 ਵਜੇ ਆ। 5 ਵਜੇ ਨਿਕਲੇ ਆ ਤੁਸੀਂ? 5:30 3:30 ਨਿਕਲੇ ਆਪਾਂ ਵੀਰੇ। 5:00 ਲੈਂਡ ਹੋ ਕੇ ਮੈਨੂੰ ਫੋਨ ਕੀਤਾ ਤੇ ਘਰੇ ਹੀ ਤੁਹਾਡੇ ਗਾਣੇ ਚੱਲ ਲੈਂਦੇ ਸੀ। ਮੈਂ ਪਤਾ ਕੀ ਐਕਸਪੈਕਟ ਕੀਤਾ, ਉੱਥੇ ਨਾ ਉਹ ਬੈਨਰ ਲੈ ਖਲੋਤੇ ਸੀ ਬੋਰਡ ਜੇ, ਮੈਂ ਕਿਹਾ ਯਾਰ ਮੇਰੇ ਯਾਰ ਇੱਦਾਂ ਖਲੋਤੇ ਹੋਣਗੇ। ਭਰਾ ਪਹਿਲਾਂ 2 ਵਾਰੀ ਪੱਗ ਬੰਨੀ, ਕਹਿੰਦਾ ਨਹੀਂ ਸਹੀ ਬੰਨੀ ਗਈ, ਫਿਰ ਭਰਾ ਟੋਪੀ ਪਾ ਕੇ ਆ ਗਿਆ। ਤੇਰਾ ਇੱਥੇ ਵੀ ਇਹੀ ਹਾਲ ਆ ਹਨਾ। ਪਹਿਲਾਂ ਜਹਾਜ਼ 'ਚ ਬੈਠੇ ਬੈਠੇ ਬੋਰ ਹੋ ਗਏ, ਹੁਣ ਗੱਡੀ 'ਚ 2 ਘੰਟੇ ਡਰਾਈਵ ਆ। ਸਵੇਰ ਦਾ ਹੀ ਬੈਠਾ ਆ ਪਹਿਲਾਂ, ਮੈਨੂੰ ਵੀ ਵੇਖੋ ਨਾ, 2 ਘੰਟੇ ਉਧਰੋਂ ਅੰਮ੍ਰਿਤਸਰ ਤੋਂ ਤੇ ਫਿਰ 10 ਘੰਟੇ ਦਿੱਲੀ ਤੋਂ ਇੱਥੋਂ ਲੰਡਨ ਤੱਕ ਦੇ ਹੀਥਰੋ ਦੇ। ਓਏ ਹੋਏ ਜੈਟ ਲੈਗ ਹੋਇਆ ਪਿਆ ਯਾਰ। ਇੰਡੀਆ ਟਾਈਮ ਚੱਲਣ ਦਿਆ ਵਾ, ਆਈ ਥਿੰਕ 2 ਵੱਜ ਗਏ ਆ, ਅਤੇ ਇੱਥੇ ਹਲੇ 3 ਵੱਜ ਗਏ। ਇੱਥੇ ਕਿੰਨਾ ਟਾਈਮ ਹੋਇਆ ਵਾ? 9:16 ਪਾਣੀ ਫੜ ਲਓ ਯਾਰ, ਨਾ ਯਾਰ ਨਹੀਂ ਨਹੀਂ ਕੁਛ ਨਹੀਂ ਕੁਛ ਨਹੀਂ, ਪਾਣੀ ਪਾਣੀ ਸਹੀ ਹੈ। ਹਾਂ ਕੋਈ ਚਿਪਸ ਚੁਪਸ ਫੜ ਲਓ। ਇੱਥੋਂ ਕਿੰਨਾ ਰਹਿ ਗਿਆ ਘਰ ਆਪਣਾ? 10 ਮਿੰਟ ਹਾਲੇ ਠੰਡ ਨੋਰਮਲ ਜੀ ਆ, ਬਾਕੀ ਕੱਪੜੇ ਮੋਟੇ ਪਾਏ, ਇੰਨੀ ਜ਼ਿਆਦਾ ਨਹੀਂ ਹੈਗੀ ਹੈਗੀ ਆ, ਪਰ ਇੰਨੀ ਜ਼ਿਆਦਾ ਨਹੀਂ ਹੈਗੀ।
ਹੁਣ ਫਾਈਨਲੀ ਘਰ ਪਹੁੰਚ ਚੁੱਕੇ ਹਾਂ ਜੀ। ਟਾਈਮ 10 ਵਜ ਗਏ ਰਾਤ ਦੇ। ਓ ਸਾਧੂ ਚਲ ਫੜ ਓਏ ਡਰੋਨ ਵਾਲਾ ਬੈਗ ਫੜ ਲੈ ਚਲ ਛੱਡ ਯਾ ਮੈਂ ਖੋਲ ਲਾਂ। ਤੇ ਸਿੰਗਲ ਹੀ ਓਏ ਦੂਜੀ ਤੇ ਨਹੀਂ 15 ਮਿੰਟ ਹੋ ਗਏ ਲੱਭਣ ਡਿਆ ਆ ਵੇ ਪਿੱਛੇ ਹੀ ਅੱਛਾ ਹੈਗੀ ਆ ਓਏ ਉਹਨੂੰ ਕਿੰਨਾ ਚਾਹ ਹੀ ਵੇਖੀ ਓਏ ਬੈਗ ਓਏ ਬੈਗ ਹਲੇ ਨਹੀਂ ਖੋਲਨੇ ਸਵੇਰੇ ਖੋਲਨੇ ਨਾਟ ਵੇ ਮੋਟੇ ਪਰੇ ਹੋ ਤੇਰੇ ਨਾਲ ਕਿੰਨੇ ਬੋ ਖੋਲ ਲੰਦਾ ਵਾ बीबी ने कहा यार मैंने स्वाद नहीं लगा तू खाना कहता शर्म मेरी बेकरी नहीं है ऐसे ऐसा ही खाना पैना भसमा भुसमा वो की होंगे ऐसे कूड़ा कट कर ही खाना पैना हूं नहीं मतलब कि थोड़ा सिल्ला वा जूस ते नाल थोड़े स्नैक्स लेके आ गया ते यार बेले ने केक लिया यार वेलकम दा ओए केक वड्डा के तो वड्डा पहले नहीं ओए जे फोटो खराब हुई ना बीबे फिर देखी छड़ दे छड़ दे ओ मैं खराता यार वो कैंडल ने दियो ते बाल लो तन्नू जांच नहीं हैगी यार बस केक ही ना केक किने बनवाया किने बनवाया केक पहले दूर करके लावा क्यों चलदा है वो नहीं बना रहा कोई भरोसा नहीं है वो किधर नु चढ़ गया वेलकम टू यूके थैंक यू ब्रो खवाओ कोशा इन्नी फॉर्मेलिटी थी गाला बड़िया करदा तां करके इहदे मलिया वा हुण नहीं मलना गए ਯਾਰ ਕੀ ਬਹੁਤ ਸਵਾਦ ਆ ਯਾਰ ਬਹੁਤ ਸਵਾਦ ਲੱਗਾ ਬਹੁਤ ਘੈਂਟ ਤੁਹਾਨੂੰ ਦਿਖਾ ਦੋ ਸਪੈਸ਼ਲ ਆਰਡਰ ਦੇ ਕੇ ਆਇਆ ਤਾਂ ਥੈਂਕ ਯੂ ਰੇ ਕਿਵੇਂ ਕਰਨਾ ਵਾਸਤਾ ਹਰਮਨ ਕੋ ਆ ਗਿਆ ਮੈਂ ਵਾਈਫਾਈ ਦੇ ਪਾਸਵਰਡ ਪੁੱਛਣੇ ਵਾ ਕਹਿੰਦਾ ਯਾਰ ਮੈਂ ਤੈਨੂੰ WhatsApp ਤੇ ਭੇਜਦਾ ਵਾ ਹੁਣ ਜੇ ਤੱਕ ਨੈਟ ਨਹੀਂ ਕਨੈਕਟ ਹੋਊਗਾ ਤੇ WhatsApp ਤੇ ਮੈਸੇਜ ਕਿੱਦਾਂ ਆਉਂਗਾ ਵੀਰੇ ਟੈਕਸਟ ਮੈਸੇਜ ਬੋਲ ਕੇ ਉਹ ਵੀ ਨਹੀਂ ਹੋਣਾ ਯਾਰ ਤੇ ਭਰੋ ਯਾਰ ਬੜਾ ਔਖਾ ਜਾ ਵਾ ਲਿਆ ਮੈਂ ਵੀਰੇ ਜਸਟ 2 ਘੰਟੇ ਪਹਿਲਾਂ ਹੀ ਆਇਆ ਮੈਂ ਇੰਡੀਆ ਤੋਂ ਦਿੰਦੇ ਦੇ ਆ ਕੇ ਤੋਂ ਬਾਇਓਮੈਟ੍ਰਿਕ ਨਹੀਂ ਉੱਥੇ ਨਹੀਂ ਦਿੰਦੇ ਪਹਿਲਾਂ ਉਹ ਸਟੱਡੀ ਵੀਜ਼ਾ ਵਾਲੇ ਦਿੰਦੇ ਆ ਹਾਂ हाँ, लग, चेक करो कमी रह गई